हाँ जी दोस्तों, सिद्धू मूसेवाले दे इस दुनिया तो चले जाण तो बाद जिथे हर कोई बेहद दुखी है, उत्थे ही इंडस्ट्री दे कलाकार भी अपने अपने तरीके नाल सिद्धू मूसेवाला लई भावुक हन ते इंसाफ दी मंग कर रहे हन। उत्थे ही किसे टाइम पंजाबी सिंगर दिलप्रीत ढिल्लों दी वाइफ रह चुकी अंबर धालीवाल भी सिद्धू मूसेवाला करके काफ़ी भावुक है ते अज गुस्से विच इक काफ़ी लंबी पोस्ट भी अपने सोशल मीडिया अकाउंट ते शेयर की। अंबर धालीवाल ने हमलावरां नूं लानता पाउंदे होए लिखिया कि यह एक पोस्ट उन्हां दल्लियां लई है जिहड़े सोच के खुश हो रहे हन कि असी सिद्धू नूं मारता। एक मिनट लई भी ना सोचियो कि तुसी उस नूं मारता, तुसी उही कीता जो उह खुद चाहुंदा सी। उस विच इन्नी जान सी कि पहाड़ जिड्डा तां उह सी, उह तुहानूं पता सी उसने पिस्टल नाल नहीं मरना ते सिद्धू वीर नूं भी पता सी कि उह चाहुंदा सी कि इदां ही मरना। रब तां उस दे नाल नाल रहिंदा सी, तां ही उह जो कहिंदा सी उही हुंदा सी। ਐਵੇਂ ਨਹੀਂ ਕੋਈ ਕੋ ਇਨਸੀਡੈਂਟ ਹੋਇਆ, ਉਸਨੂੰ ਪਤਾ ਸੀ ਉਹ ਰੱਬ ਦੀ ਰੂਹ ਸੀ। ਇੱਕ ਉਹ ਆਪਣੇ ਲੇਖ ਲਿਖਾ ਕੇ ਆਇਆ ਸੀ ਅਤੇ ਉਹ ਇੱਦਾਂ ਹੀ ਚਾਹੁੰਦਾ ਸੀ ਜਾਣਾ। ਉਹ ਤਾਂ ਹੀ ਤਾਂ ਹਰ ਗਾਣੇ ਵਿੱਚ ਗਾਉਂਦਾ ਸੀ, ਜਦੋਂ ਤੁਰਾਂ ਮੇਰੀ ਮੌਤ ਤੁਰੇ ਮੇਰੇ ਨਾਲ, ਤੁਹਾਨੂੰ ਖੁੱਲ੍ਹਾ ਸੱਦਾ ਸੀ ਉਹਦੇ ਵੱਲੋਂ ਕਿ ਆ ਜਾਓ, ਪਰ ਤੁਸੀਂ ਲੋਕ ਡਰਪੋਕ ਸੀ। ਇਹ ਕੋਈ ਮਾਰਨਾ ਨਹੀਂ ਹੁੰਦਾ, ਇਹ ਕੋਈ ਪਾਵਰ ਦਿਖਾਉਣੀ ਨਹੀਂ ਹੁੰਦੀ। ਜੇ ਦਮ ਸੀ ਇਕੱਲੇ ਨੂੰ ਭਾਵੇਂ ਚਾਰ ਚਾਰ ਆ ਜਾਂਦੇ, ਪਰ ਤੁਹਾਨੂੰ ਪਤਾ ਸੀ ਨਹੀਂ ਕੁਝ ਹੋਣਾ। ਦੱਸ ਕੇ ਤਾਂ ਆਉਂਦੇ ਦੱਲਿਓ, ਇੰਨੀ ਹਿੱਕ ਵਿੱਚ ਜਾਨ ਕਿਸਤੀ ਹੁੰਦੀ ਆ, ਪਰ ਸਿੱਧੂ ਦੇ ਹੈਗੀ ਸੀ, ਅਜਮਾਉਂਦੇ ਤਾਂ ਸਹੀ। ਸੋਚੋ ਜਿਹੜੇ ਹਥਿਆਰ ਨਾਲ ਮਾਰਿਆ ਸੀ ਉਸਨੇ ਸੀਮਟ ਦੀਆਂ ਦੋ ਕੰਧਾਂ ਤੋੜ ਦਿੱਤੀਆਂ, ਉਸਦੀ ਹਿੱਕ ਵਿੱਚ ਇੰਨੀਆਂ ਗੋਲੀਆਂ ਮਾਰਨ ਤੋਂ ਬਾਅਦ ਵੀ ਉਸਨੇ ਅੱਖਾਂ ਖੋਲ੍ਹੀਆਂ, ਉਹ ਬੰਦਾ 15 ਮਿੰਟ ਸਾਹ ਲੈਂਦਾ ਰਿਹਾ। ਐਵੇਂ ਤਾਂ ਨਹੀਂ ਸੀ ਝੋਟਾ ਕਹਿੰਦੇ ਉਸਨੂੰ। ਮੇਰੀ ਤਾਂ ਪੂਰੀ ਦੁਨੀਆ ਦੀ ਬਦਦੁਆ ਲੱਗੂ, ਉਸ ਮਾਂ ਦੀ ਬਦਦੁਆ ਲੱਗੂ। ਰੱਬ ਕਰਕੇ ਤੁਸੀਂ ਮੌਤ ਨੂੰ ਤਰਸੋ, ਲੱਖ ਲਾਨਤ ਇਹੋ ਜਿਹੀ ਕਤੀੜ ਦੇ ਜੰਮਣ 'ਤੇ। ਅੱਜ ਉਹੀ ਸਿੱਧੂ ਨੇ ਪੂਰੀ ਸਰਕਾਰ ਆਪਣੇ ਮਾਂ ਪਿਓ ਮੂਹਰੇ ਝੁਕਾ ਦਿੱਤੀ, ਕਰ ਲਓ ਜੋ ਕਰਨਾ। ਨਾਲੇ ਜਿਹੜੇ ਉਹਦੇ ਨਾਲ ਦੇ ਉਸਨੂੰ ਧੋਖਾ ਦੇ ਬੈਠੇ ਆ, ਕੁਝ ਤਾਂ ਸ਼ਰਮ ਕਰੋ, ਉਸ ਦੇ ਮਾਂ ਬਾਪ ਵੱਲ ਦੇਖ ਕੇ ਹੀ ਸ਼ਰਮ ਕਰ ਲਓ ਮਾੜੀ ਮੋਟੀ। ਉਸਨੂੰ ਮਾਰ ਕੇ ਵੀ ਤੁਸੀਂ ਜਿਉਂਦਿਆਂ ਕਰਤਾ, ਹਾਲੇ ਮੁੱਕਿਆ ਨਹੀਂ, ਹਮੇਸ਼ਾ ਦਿਲਾਂ ਵਿੱਚ ਵੱਸਦਾ ਰਹੂਗਾ। ਇਸ ਦੇ ਨਾਲ ਹੀ ਦੋਸਤੋ ਤੁਹਾਨੂੰ ਦੱਸ ਦਈਏ ਕਿ ਅੰਬਰ ਧਾਲੀਵਾਲ ਨੇ ਆਪਣੀ ਇੰਸਟਾਗ੍ਰਾਮ DP ਵੀ ਸਿੱਧੂ ਮੂਸੇਵਾਲਾ ਦੀ ਹੀ ਲਗਾਈ ਹੋਈ ਹੈ। ਅਤੇ ਪਹਿਲਾਂ ਸਿੱਧੂ ਮੂਸੇਵਾਲਾ ਦੇ ਗੀਤਾਂ 'ਤੇ ਅੰਬਰ ਧਾਲੀਵਾਲ ਕੋਈ ਨਾ ਕੋਈ ਰੀਲ ਸ਼ੇਅਰ ਕਰਦੀ ਹੀ ਰਹਿੰਦੀ ਸੀ। ਬਾਕੀ ਦੋਸਤੋ ਤੁਹਾਨੂੰ ਕੀ ਲੱਗਦਾ, ਸਿੱਧੂ ਬਾਈ ਨੂੰ ਇਨਸਾਫ ਮਿਲੂ ਜਾਂ ਨਹੀਂ? ਕਮੈਂਟਾਂ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਅਤੇ ਜਸਟਿਸ ਫਾਰ ਸਿੱਧੂ ਮੂਸੇਵਾਲਾ ਹੈਸ਼ਟੈਗ ਵੱਧ ਤੋਂ ਵੱਧ ਯੂਜ਼ ਕਰੋ। ਧੰਨਵਾਦ।